ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ। ਅਤੇ ਅੱਜ ਦੇ ਬਲੌਗ 'ਚ ਆਪਾਂ ਤੁਹਾਨੂੰ ਪੰਜਾਬ ਦੇ ਸਭ ਤੋਂ ਮਸ਼ਹੂਰ ਸ਼ਹਿਰ ਲੁਧਿਆਣਾ ਲੈ ਕੇ ਪਹੁੰਚੇ ਹਾਂ। ਅਤੇ ਇੱਥੋਂ ਦੀ ਆਪਾਂ ਤੁਹਾਨੂੰ ਫੀਲਡਗੰਜ ਮਾਰਕੀਟ ਲੈ ਕੇ ਪਹੁੰਚੇ ਹਾਂ, ਜਿੱਥੇ ਹਰ ਇੱਕ ਵਰਾਇਟੀ ਦਾ ਕੱਪੜਾ ਤੁਹਾਨੂੰ ਮਿਲ ਜੂਗਾ, ਹਰ ਇੱਕ ਵਰਾਇਟੀ ਜਿਹੜੀ ਤੁਹਾਨੂੰ ਮਿਲ ਜੂਗੀ 50 ਰੁਪਏ ਤੋਂ ਲੈ ਕੇ 5000 ਤੱਕ। ਅਤੇ ਹੋਲਸੇਲ ਹੋਲਸੇਲ ਕੱਪੜੇ ਦੀ ਜਿਹੜੀ ਮਾਰਕੀਟ ਇੱਥੇ ਮੌਜੂਦ ਆ, ਤੁਸੀਂ ਕੱਪੜਾ ਇੱਥੇ ਸਸਤਾ ਅਤੇ ਸਸਤਾ ਲਿਜਾ ਸਕਦੇ, ਵਧੀਆ ਕੁਆਲਿਟੀ ਤੁਹਾਨੂੰ ਮਿਲ ਜੂਗੀ। ਅਤੇ ਫੀਲਡਗੰਜ ਦੇ ਵਿਚਕਾਰ ਬਿਲਕੁਲ ਆ ਜਿਹੜੀ ਮਸਜਿਦ ਬਣੀ ਹੋਈ ਆ, ਇੱਥੇ ਜਿਹੜਾ ਮੁਸਲਮਾਨ ਵੀਰਾਂ ਦੀ ਪੜ੍ਹਾਈ ਦਾ ਕੰਮ ਜਿਹੜਾ ਇਸ ਮਸਜਿਦ ਦੇ ਵਿੱਚ ਚੱਲਦਾ ਵਾ। ਇਹ ਮਸਜਿਦ ਬਿਲਕੁਲ ਫੀਲਡਗੰਜ ਮਾਰਕੀਟ ਦੇ ਵਿਚਕਾਰ ਬਣੀ ਹੋਈ ਆ। ਅਤੇ ਇਹ ਜਿਹੜੀ ਮਾਰਕੀਟ ਆ, ਇਹ ਬਿਲਕੁਲ ਜਿਹੜੀ ਲੁਧਿਆਣੇ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਪੈ ਜਾਂਦੀ ਆ। ਅਤੇ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਲੁਧਿਆਣੇ ਦੇ ਵਿੱਚ ਇੰਡਸਟਰੀਅਲ ਏਰੀਆ ਸਭ ਤੋਂ ਵੱਡਾ ਏਰੀਆ ਹੈਗਾ, ਕਿਉਂਕਿ ਇੱਥੇ ਕੱਪੜਾ ਬਣਦਾ ਵੀ ਹੈਗਾ ਸਾਰਾ, ਅਤੇ ਇੱਥੋਂ ਹੀ ਜਿਹੜਾ ਕੱਪੜਾ ਆਲ ਇੰਡੀਆ 'ਚ ਵੀ ਜਿਹੜਾ ਭੇਜਿਆ ਜਾਂਦਾ ਵਾ। ਆਹ ਦੇਖ ਲਓ ਬਾਈ ਜੀ, ਕਿੰਨੇ ਪ੍ਰਕਾਰ ਦੇ ਵਧੀਆ ਕੱਪੜੇ ਲੱਗੇ ਹੋਏ, ਜੈਂਟਸ ਲੇਡੀਜ਼ ਸੂਟ ਵੀ ਜਿਹੜਾ ਤੁਹਾਨੂੰ, ਅਤੇ ਬਾਕੀ ਜੁੱਤੀਆਂ ਵਗੈਰਾ ਵਗੈਰਾ ਜਿਹੜੀਆਂ ਤੁਹਾਨੂੰ ਇੱਥੇ ਸਾਰਾ ਸਮਾਨ ਜਿਹੜਾ ਬਹੁਤ ਸਸਤਾ ਅਤੇ ਵਧੀਆ ਕੁਆਲਿਟੀ 'ਚ ਮਿਲ ਜੂਗਾ। ਜਿਵੇਂ ਲੁਧਿਆਣੇ ਸ਼ਹਿਰ ਦਾ ਚੌੜਾ ਬਾਜ਼ਾਰ ਆ, ਏਸੀ ਮਾਰਕੀਟ ਆ ਜਾਂ ਅਕਾਲ ਮਾਰਕੀਟ ਆ, ਉਸੇ ਤਰ੍ਹਾਂ ਹੀ ਇਹ ਜਿਹੜੀ ਫੀਲਡਗੰਜ ਮਾਰਕੀਟ ਆ, ਅਤੇ ਇੱਥੇ ਹੋਲਸੇਲ 'ਤੇ ਕੱਪੜਾ ਜਿਹੜਾ ਤੁਹਾਨੂੰ ਮਿਲ ਜੂਗਾ, ਵਧੀਆ ਤੋਂ ਵਧੀਆ ਕੁਆਲਿਟੀ ਤੁਸੀਂ ਇੱਥੋਂ ਲਿਜਾ ਸਕਦੇ ਹੋ। ਆਹ ਦੇਖ ਲਓ ਬਾਈ ਜੀ, ਬੋਰਿਆਂ ਦੇ ਬੋਰੇ ਜਿਹੜੇ ਇੱਥੇ ਭਰੇ ਪਏ ਆ, ਟੰਗੇ ਪਏ, ਜਵਾਕਾਂ ਦੇ ਜਿਹੜੇ ਕੱਪੜੇ ਆ ਜਵਾਕਾਂ ਦੇ ਵੀ ਮਿਲ ਜਾਣਗੇ ਤੁਹਾਨੂੰ, ਅਤੇ ਹੋਰ ਵੀ ਜਿਹੜੇ ਜੈਂਟਸ ਲੇਡੀਜ਼ ਕੱਪੜੇ ਤੁਹਾਨੂੰ ਵਧੀਆ ਅਤੇ ਵਧੀਆ ਕੁਆਲਿਟੀ ਦੇ ਵਿੱਚ ਇੱਥੇ ਜਿਹੜੇ ਮਿਲ ਜਾਣਗੇ। ਜਿਹੜਾ ਬੰਦਾ ਪੰਜਾਬ ਮਤਲਬ ਲੁਧਿਆਣੇ ਦੇ ਵਿੱਚ ਆਵੇ ਅਤੇ ਉਹ ਫੀਲਡਗੰਜ ਮਾਰਕੀਟ ਦੇ ਵਿੱਚ ਨਾ ਆਵੇ, ਇਹ ਹੋ ਨਹੀਂ ਸਕਦਾ, ਕਿਉਂਕਿ ਫੀਲਡਗੰਜ ਮਾਰਕੀਟ ਜਿਹੜੀ ਬਹੁਤ ਮਸ਼ਹੂਰ ਜਿਹੜੀ ਮਾਰਕੀਟ ਆ, ਅਤੇ ਇੱਥੇ ਤੁਹਾਨੂੰ ਵਧੀਆ ਕੁਆਲਿਟੀ ਦੇ ਵਿੱਚ ਸਸਤਾ ਕੱਪੜਾ ਮਿਲ ਜੂਗਾ। 50 ਤੋਂ ਲੈ ਕੇ ਜਿਹੜੀਆਂ ਜੁੱਤੀਆਂ 50 ਰੁਪਏ ਤੋਂ ਸ਼ੁਰੂ ਹੋ ਜਾਂਦੀਆਂ, ਕੱਪੜੇ ਵੀ ਜਿਹੜੇ 70 ਰੁਪਈਏ ਤੋਂ ਸ਼ੁਰੂ ਹੋ ਜਾਂਦੇ ਆ, ਸੂਟ ਵਗੈਰਾ ਵਗੈਰਾ, ਉਹ ਜਿਹੜੇ ਤੁਸੀਂ ਇੱਥੋਂ ਆਪਦੇ ਮਤਲਬ ਕਿ 50 ਰੁਪਏ ਤੋਂ ਲੈ ਕੇ 5000 ਤੱਕ 7000 ਤੱਕ ਜਿਹੜਾ ਤੁਸੀਂ ਵਧੀਆ ਕੱਪੜਾ ਇੱਥੋਂ ਲਿਜਾ ਸਕਦੇ ਹੋ। ਤੁਹਾਨੂੰ ਵੀ ਪਤਾ ਬਈ, ਲੁਧਿਆਣਾ ਜਿਹੜਾ ਸ਼ਹਿਰ ਆ ਕੱਪੜੇ ਲਈ, ਇੰਡਸਟਰੀਅਲ ਏਰੀਆ ਸਭ ਤੋਂ ਬਹੁਤ ਪੁਰਾਣਾ ਅਤੇ ਬਹੁਤ ਵੱਡਾ ਜਿਹੜਾ ਪੰਜਾਬ ਦੇ ਵਿੱਚੋਂ ਜਿਹੜਾ ਇਹ ਸ਼ਹਿਰ ਆ, ਅਤੇ ਇਸੇ ਦੇ ਵਿੱਚ ਜਿਹੜਾ ਕੱਪੜਾ ਬਣਦਾ ਵੀ ਆ, ਜਿਹੜੀ ਕੱਪੜੇ ਦੀ ਮਾਰਕੀਟ ਆ ਜਿਹੜੀ, ਇਹਦੇ ਵਿੱਚ ਜਿਹੜੀ ਵਰਾਇਟੀ ਆ ਉਹ ਪੂਰੇ ਲੁਧਿਆਣੇ ਦੇ ਵਿੱਚ ਤੁਹਾਨੂੰ ਵਧੀਆ ਕੁਆਲਿਟੀ ਜਿਹੜੀ ਇੱਥੇ ਮਿਲ ਜੂਗੀ, ਤੁਸੀਂ ਆਪਦੀ ਮਨਪਸੰਦ ਦਾ ਜਿਹੜਾ ਕੱਪੜਾ ਇੱਥੇ ਆ ਕੇ ਲਿਜਾ ਸਕਦੇ ਹੋ। ਅਤੇ ਕਿਉਂਕਿ ਹਜੇ ਟਾਈਮ ਥੋੜ੍ਹਾ ਹੋਇਆ ਕਰਕੇ ਇੰਨੀ ਹਜੇ ਭੀੜ ਭੜੱਕਾ ਹੈ ਨਹੀਂ, ਕਿਉਂਕਿ ਲੋਕਾਂ ਦਾ ਇੱਥੇ ਆਉਣਾ ਜਾਣਾ ਜਿਹੜਾ ਥੋੜ੍ਹਾ ਜਿਹਾ ਦੁਪਹਿਰ ਤੋਂ ਬਾਅਦ ਹੁੰਦਾ, 2-3 ਵਜੇ ਤੋਂ ਬਾਅਦ। ਅਤੇ ਆ ਵੇਖੋ, ਇਹ ਤੋਂ ਕੱਢ ਕੱਢ ਕੇ ਜਿਹੜੇ ਕੱਪੜੇ ਬਾਹਰ ਰੱਖਦੇ ਆ, ਅਤੇ ਜਦੋਂ ਤੁਸੀਂ ਆਪਣਾ ਫੀਲਡਗੰਜ ਮਾਰਕੀਟ ਦੇ ਵਿੱਚ ਆਉਣੇ ਆ, ਵੱਡੇ ਰੋਡ 'ਤੇ ਆਉਣੇ ਆ, ਇਹਦੇ ਵਿੱਚ ਜਿਹੜੀਆਂ 4-5 ਨੰਬਰ ਗਲੀਆਂ ਜਿਹੜੀਆਂ ਹੈਗੀਆਂ, ਉਹਨਾਂ ਦੇ ਵਿੱਚ ਤੁਹਾਨੂੰ ਜਿਹੜੀਆਂ ਸਾਰਾ ਕੁਝ ਮਿਲ ਜੂਗਾ। ਜਿਵੇਂ ਇੱਧਰ ਜੁੱਤੀਆਂ ਟੰਗੀਆਂ ਪਈਆਂ, ਤੁਹਾਨੂੰ ਕੱਟ ਪੀਸ ਵੀ ਮਿਲ ਜਾਣਗੇ, ਲੇਡੀਜ਼ ਜਿਵੇਂ ਸੂਟ, ਇੱਦਾਂ ਤੁਹਾਨੂੰ ਜਿਹੜਾ ਸਾਰਾ ਕੁਝ ਇੱਥੇ ਮਿਲ ਜੂਗਾ। A-Z ਜਿਹੜਾ ਸਮਾਨ ਤੁਹਾਨੂੰ ਇਸੇ ਮਾਰਕੀਟ ਦੇ ਵਿੱਚ ਬਹੁਤ ਵਧੀਆ ਸਸਤੇ ਪ੍ਰਾਈਜ਼ 'ਤੇ ਮਿਲ ਜੂਗਾ, ਅਤੇ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਵੀ ਹੋਊਗੀ। ਜਦੋਂ ਵੀ ਕਦੇ ਤੁਸੀਂ ਆਉਣੇ ਹੋ ਲੁਧਿਆਣੇ, ਤਾਂ ਫੀਲਡਗੰਜ ਮਾਰਕੀਟ ਜ਼ਰੂਰ ਘੁੰਮ ਕੇ ਜਾਇਆ ਜੋ, ਦੇਖ ਕੇ ਜਾਇਆ ਜੋ, ਲੈਣਾ ਨਾ ਲੈਣਾ ਤੁਹਾਡੀ ਖੁਸ਼ੀ ਆ। ਅਤੇ ਪਰ ਜਿਹੜਾ ਕੱਪੜਾ ਤੁਹਾਨੂੰ ਬਹੁਤ ਵਧੀਆ ਇੱਥੇ ਜਿਹੜਾ ਹਰ ਇੱਕ ਜਿਹੜਾ ਬੱਚਿਆਂ ਦਾ ਵੀ ਮਿਲ ਜੂਗਾ, ਖਿਡੌਣੇ ਵੀ ਮਿਲ ਜਾਂਦੇ ਆ, ਲਹਿੰਗੇ ਜਿਹੜੇ ਕਿਰਾਏ ਲਈ ਵੀ ਤੁਸੀਂ ਲਿਜਾ ਸਕਦੇ ਹੋ, ਆਪਣੇ ਲਈ ਵੀ ਲਿਜਾ ਸਕਦੇ ਹੋ, ਵਿਆਹ ਸ਼ਾਦੀਆਂ ਲਈ ਦਾਜ ਵਰੀ ਜਿਹੜਾ ਬਣਦਾ ਉਹ ਵੀ ਤੁਸੀਂ ਇੱਥੋਂ ਬਣਵਾ ਸਕਦੇ ਹੋ। ਆਹ ਸਾਹਮਣੇ ਦੇਖ ਲਓ ਸੇਲ, 250 ਰੁਪਈਏ ਇੱਥੋਂ, 250 ਰੁਪਈਏ ਜੁੱਤੀਆਂ ਦੀ ਸੇਲ ਆ, 150 ਰੁਪਈਏ ਆ ਇਹ ਤੁਹਾਨੂੰ ਜਿਹੜਾ ਆਮ ਇੱਥੇ ਇਹ ਸਮਾਨ ਜਿਹੜਾ ਮਿਲ ਜੂਗਾ। ਉਹ ਸਾਹਮਣੇ ਮਸਜਿਦ ਫੇਰ ਦਿਸਦੀ ਆ, ਕਿਉਂਕਿ ਉਹ ਰੋਡ ਤੋਂ ਆਪਾਂ ਮਸਜਿਦ ਦੇ ਬਿਲਕੁਲ ਸਾਹਮਣੇ ਵੀ ਗਲੀ ਆਉਂਦੀ ਹੈ, ਅਤੇ ਉਸ ਤੋਂ ਆਪਾਂ ਥੱਲੇ ਉੱਤਰ ਕੇ ਜਿਹੜਾ ਮਾਰਕੀਟ, 3-4 ਗਲੀਆਂ ਜਿਹੜੀਆਂ ਹੈਗੀਆਂ ਫੀਲਡਗੰਜ ਮਾਰਕੀਟ ਦੇ ਵਿੱਚ, ਜਿਹੜੀਆਂ ਬਿਲਕੁਲ ਹੋਲਸੇਲ 'ਤੇ ਸਮਾਨ ਤੁਹਾਨੂੰ ਮਿਲ ਜੂਗਾ। ਅਤੇ ਆਹ ਜਿਵੇਂ ਕੱਪੜੇ ਪਏ ਆ, ਇੱਧਰਲੇ ਅੱਗੇ ਜਾ ਕੇ ਬੈਗ ਵੀ ਪਏ ਆ, ਤੁਹਾਨੂੰ ਵੱਡੇ ਟੈਚੀ ਬੈਗ ਵੀ ਇੱਥੋਂ ਮਿਲ ਜਾਣਗੇ, ਭਾਂਡੇ ਵਗੈਰਾ ਵਗੈਰਾ ਜਿਹੜੇ ਸਾਰੇ ਤੁਹਾਨੂੰ ਮਿਲ ਜਾਣਗੇ। 20 ਰੁਪਈਆਂ ਤੋਂ ਸੇਲ ਆ ਜੀ ਆਹ ਭਾਂਡਿਆਂ ਦੀ, ਅਤੇ 20 ਰੁਪਏ ਦੇ ਜਿਹੜੇ ਇੱਥੇ ਤੁਹਾਨੂੰ ਸੇਲ ਆ ਜਿਹੜੀ ਇਹ ਵੀ ਮਿਲ ਜੂਗੀ। ਇੱਧਰ ਕੱਪੜੇ ਜਿਵੇਂ ਕਿ ਲੇਡੀਜ਼ ਦੇ ਹੁੰਦੇ ਆ ਨਾਈਟ ਸੂਟ, ਉਹ ਤੁਹਾਨੂੰ ਆਹ ਦੇਖ ਲਓ ਇੱਧਰ ਇਹ ਮਿਲ ਜਾਣਗੇ। ਅਤੇ ਬਹੁਤ ਵਧੀਆ ਜਿਹੜੀ ਮਾਰਕੀਟ ਆ। ਅਤੇ ਜਿਹੜੀ ਅੱਜ ਦੀ ਆਪਾਂ ਨੂੰ ਵੀਡੀਓ ਤੁਹਾਨੂੰ ਕਿਵੇਂ ਲੱਗੀ ਆ ਕਮੈਂਟ ਕਰਕੇ ਜ਼ਰੂਰ ਦੱਸਿਆ ਜੋ।
ਜਿਹੜੇ ਚੈਨਲ 'ਤੇ ਨਵੇਂ ਆ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਏ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ। ਅੱਜ ਦੀ ਜਿਹੜੀ ਆਪਣੀ ਇਹ ਵੀਡੀਓ ਇੱਥੇ ਸਮਾਪਤ ਹੈ। ਅਗਲਾ ਵਲੌਗ ਲੈ ਕੇ ਤੁਹਾਡੇ ਨਾਲ ਮਿਲਦੇ ਹਾਂ ਜਲਦੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।